ਮੈਨੂੰ ਇਹ ਬੱਚੇ ਨੇ ਥੋੜੇ ਜਿਹਾ ਗਾਣੇ ਦੀਆਂ ਲਹਿਣਾ ਵੀ ਸਕਿੱਪ ਕਰਾ ਦੀਆਂ, ਮੈਂ ਟੱਪਾ ਹੋਰ ਚੱਕ ਲਿਆ। ਮੈਂ ਨਾ ਥੋੜੇ ਦਿਨ ਪਹਿਲਾਂ ਏਦਾਂ ਦਾ ਬੱਚਾ ਮੈਨੂੰ ਮੇਲੇ ਤੇ ਮਿਲਿਆ ਨਵੇਂ ਸ਼ਹਿਰ, ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਤੀ ਵੀ ਪੰਜ ਪੰਜ ਦਸ ਦਸ ਰੁਪਈਏ ਸਾਰੇ ਜਾਣੇ ਜ਼ਰੂਰ ਦਿਓ ਬੱਚੇ ਨੂੰ। ਤੇ ਥੱਲੇ ਮੈਨੂੰ ਦੋ ਤਿੰਨ ਕਮੈਂਟ ਆਏ, ਕਹਿੰਦੇ ਯਾਰ ਪਹਿਲਾਂ ਤੂੰ ਆਪ ਤਾਂ ਦੇ ਦਿੰਦਾ। ਮੈਂ ਕਿਹਾ ਯਾਰ ਬਾਈ ਹੁਣ ਮੈਂ ਤੁਹਾਨੂੰ ਮੈਂ ਆਪ ਦਿੰਦੇ ਦੀ ਵੀਡੀਓ ਥੋੜੀ ਬਣਾਉਣੀ ਸੀ। ਮੈਂ ਬੈਕ ਸਟੇਜ ਮੁੰਡਿਆਂ ਨੂੰ ਕਹਿਤਾ ਵੀ ਬਾਈ ਯਾਰ ਇਹਨੂੰ ਬੱਚੇ ਨੂੰ ਪੈਸੇ ਦਿਓ ਜ਼ਰੂਰ, ਤੇ ਵੀ ਮੇਰੀ ਜਾਣੀ ਕਿ ਇੰਨੀ ਬੇਨਤੀ ਆ ਵੀ ਯਾਰ ਜੇ ਕੋਈ ਚੰਗਾ ਕੰਮ ਕਰਦਾ ਨਾ ਤਾਂ ਉਹਨੂੰ ਕਰ ਲੈਣ ਦਿਆ ਕਰੋ, ਉਹਨੂੰ ਰੋਕਿਆ ਨਾ ਕਰੋ। ਸੋ ਮੈਂ ਅੱਜ ਫਿਰ ਬੇਨਤੀ ਕਰਦਾ, ਇਹ ਮੈਂ ਕੈਮਰੇ ਦੇ ਸਾਹਮਣੇ, ਮੈਂ ਬੱਚੇ ਨੂੰ ਮੇਰੀ ਕਾਤ ਨਹੀਂ ਜਿੱਡੀ ਇਹਦੇ ਕੋਲ ਕਲਾ ਵੀ ਮੈਂ ਇਹਨੂੰ ਕੁਛ ਵੀ ਦੇ ਸਕਾਂ, ਪਰ ਤੁਸੀਂ ਜ਼ਰੂਰ ਬਾਈ ਬਣੇ ਪੰਜ ਪੰਜ ਦਸ ਦਸ ਰੁਪਈਏ ਜਿੰਨੇ ਜਿੰਨੀ ਤੁਹਾਡੀ ਸ਼ਰਧਾ ਬਾਈ ਬਣੇ ਜ਼ਰੂਰ ਦਿਓ ਯਾਰ ਬੱਚੇ ਨੂੰ, ਤਾਂ ਕਿ ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਤਾਂ ਕਿ ਪੜ੍ਹ ਸਕੇ ਇਹਦੀ ਅੱਗੇ ਸਟੱਡੀ ਵਧੇ, ਇਹ ਪੜ੍ਹੇ, ਇਹ ਪੜ੍ਹ ਕੇ ਕੋਈ ਵੱਡਾ ਅਫਸਰ ਬਣੇ ਜਾਂ ਇਹਦੀ ਜ਼ਿੰਦਗੀ ਬਦਲ ਜੇ। ਸੋ ਪਰਮਾਤਮਾ ਇੱਥੇ ਝੋਲੀਆਂ ਭਰ ਕੇ ਭੇਜਦਾ, ਪਤਾ ਨਹੀਂ ਕਿੰਨੇ ਬੰਦਿਆਂ ਦੀ ਝੋਲੀ ਭਰੀ ਹੋਣੀ ਆ ਪਰਮਾਤਮਾ ਨੇ, ਤੇ ਇਹਦੀ ਵੀ ਝੋਲੀ ਭਰ ਕੇ ਭੇਜਿਓ ਵੀਰ ਬਣੇ, ਬੇਨਤੀ ਹੈ ਜ਼ਰੂਰ। ਥੈਂਕ ਯੂ ਡਾਰਲਿੰਗ, ਤੂੰ ਸ਼ੁਰੂਆਤ ਕੀਤੀ, ਥੈਂਕ ਯੂ। ਤੇ ਵੀਰ ਬਣੇ ਸਾਰੇ ਜਾਣੇ ਯਾਰ ਪੰਜ ਪੰਜ ਦਸ ਦਸ ਰੁਪਈਏ ਜ਼ਰੂਰ ਦਿਓ।